ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਪੰਜਾਬ 'ਚ ਰਜਿਸਟਰੀਆਂ ਅਤੇ NOC ਬਾਰੇ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ, ਹੁਣ ਨਹੀਂ ਬਣੇਗੀ ਕੋਈ ਨਜਾਇਜ਼ ਕਲੋਨੀ। ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਵੱਡੇ ਹੁਕਮ। ਪੰਜਾਬ ਸਰਕਾਰ ਨੇ BJP ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫਾ ਕੀਤਾ, ਮਨਜ਼ੂਰ ਨਹੀਂ ਮਿਲਣਗੇ VRS ਦੇ ਲਾਭ। ਸੁਖਬੀਰ ਬਾਦਲ ਨੇ ਕਰਤਾ ਵੱਡਾ ਦਾਅਵਾ, ਕਿਹਾ CM ਭਗਵੰਤ ਮਾਨ ਅਮਿਤ ਸ਼ਾਹ ਨਾਲ ਬਣਾਉਣਗੇ ਵੱਖਰੀ ਸਰਕਾਰ। ਮੰਤਰੀ ਗੁਰਮੀਤ ਸਿੰਘ ਮੀਥੇ ਅਤੇ ਸੁਖਪਾਲ ਖਹਿਰਾ ਦਾ ਵੱਡਾ ਹਮਲਾ, ਕਿਹਾ ਅਮਿਤ ਹੇਰ ਨੇ ਕਦੇ ਨਹੀਂ ਉਠਾਈ ਲੋਕ ਮੁੱਦਿਆਂ ਦੀ ਆਵਾਜ਼। ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ, ਦੇਖੋ ਅਗਲੇ 3 ਦਿਨ ਕਿਵੇਂ ਦਾ ਰਹੇਗਾ ਮੌਸਮ। ਪੰਜਾਬ 'ਚ ਲਗਾਤਾਰ ਨਜਾਇਜ਼ ਕਲੋਨੀ ਦੀ NOC ਸੰਬੰਧੀ ਪੰਜਾਬ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ। ਉਹਨਾਂ ਨੇ ਕਿਹਾ ਕਿ ਹੁਣ ਕਲੋਨੀਆਂ ਕੱਟਣ ਲਈ ਸਰਕਾਰ ਵੱਲੋਂ ਰੈੱਡ ਸਟਾਮ ਕਰ ਦਿੱਤਾ ਗਿਆ ਹੈ ਅਤੇ ਜਿਸ ਵਿੱਚ ਸੀਵਰੇਜ ਅਤੇ ਬਿਜਲੀ ਦੇ ਪੈਸੇ ਆਉਣਗੇ, ਨਜਾਇਜ਼ ਕਲੋਨੀਆਂ ਨਹੀਂ ਕੱਟੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਬਿਲਡਰ ਕਲੋਨੀਆਂ ਕੱਟ ਕੇ ਭੱਜ ਜਾਂਦੇ ਨੇ ਅਤੇ ਬਾਅਦ ਵਿੱਚ ਲੋਕਾਂ ਦੀ ਸਾਰੀ ਜ਼ਿੰਦਗੀ ਦਾ ਪੈਸਾ ਉਸ ਵਿੱਚ ਲੱਗ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜੀਆਂ NOC ਪੈਂਡਿੰਗ ਨੇ ਉਹ ਸਾਰੀਆਂ ਕਲੀਅਰ ਕਰਾਂਗੇ। ਇਸ ਦੇ ਨਾਲ ਹੀ CM ਭਗਵੰਤ ਮਾਨ ਨੇ ਕਿਹਾ ਕਿ ਅੱਗੇ ਤੋਂ ਅਸੀਂ ਸਟੈਂਪ ਪੇਪਰ ਹੀ ਅਜਿਹੇ ਬਣਾ ਦਿੱਤੇ ਜਿਸ ਨਾਲ ਨਜਾਇਜ਼ ਕਲੋਨੀ ਹੀ ਨਹੀਂ ਬਣੇਗੀ। ਇੱਕ ਜਨਹਿਤ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬਿਲਡਰ ਪੁੱਡਾ ਅਧਿਕਾਰੀ ਨਾਲ ਮਿਲ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਿਨਾਂ NOC ਦੇ ਨਜਾਇਜ਼ ਕਲੋਨੀਆਂ ਬਣਾ ਰਹੇ ਹਨ। ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਨੇ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਭਰ ਵਿੱਚ ਅੰਨੇਵਾਹ ਨਜਾਇਜ਼ ਕਲੋਨੀਆਂ ਬਣ ਰਹੀਆਂ ਹਨ। ਬਿਲਡਰ ਪੁੱਡਾ ਅਧਿਕਾਰੀ ਨਾਲ ਮਿਲੀ ਭੁਗਤ ਕਰਕੇ ਬਿਨਾਂ NOC ਦੇ ਕਲੋਨੀਆਂ ਕੱਟ ਰਹੇ ਹਨ। ਪਟੀਸ਼ਨ ਕਰਤਾ ਨੇ ਕਿਹਾ ਕਿ ਉਸਨੇ ਐਸਮਾ ਸਟੇਟ, ਰੋਇਲ ਵਿਲਾ ਅਤੇ ਆਸ਼ਿਆਨਾ ਗ੍ਰੀਨ ਸਮੇਤ ਹੋਰ ਕਲੋਨੀਆਂ ਬਾਰੇ ਜਾਣਕਾਰੀ ਮੰਗੀ ਸੀ। ਜਵਾਬ ਵਿੱਚ ਕੋਈ ਠੋਸ ਜਵਾਬ ਨਹੀਂ ਸੀ। ਇਹ ਸਾਰੀਆਂ ਕਲੋਨੀਆਂ ਜਲੰਧਰ ਅਤੇ ਤਰਨ ਤਾਰਨ ਨਾਲ ਸੰਬੰਧਿਤ ਹਨ। ਹਾਈਕੋਰਟ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਇਹਨਾਂ ਸਾਰਿਆਂ ਦੀ ਇਕੱਠੇ ਸੁਣਵਾਈ ਹੋਣੀ ਚਾਹੀਦੀ ਹੈ। ਅਜਿਹੇ ਵਿੱਚ ਹਾਈਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਇਹਨਾਂ ਨਜਾਇਜ਼ ਕਲੋਨੀਆਂ ਬਾਰੇ 14 ਮਈ ਤੱਕ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਗੈਰ ਕਾਨੂੰਨੀ ਕਲੋਨੀਆਂ ਦੇ ਲੋਕਾਂ ਨੂੰ ਅਕਸਰ ਬੁਨਿਆਦੀ ਸਹੂਲਤਾਂ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਇਹਨਾਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕ ਅਰਧ ਸੂਚਨਾ ਜਾਰੀ ਕਰਦਿਆਂ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕਰਨ। ਅਰਧ ਸੂਚਨਾ 'ਚ ਦਰਸਾਇਆ ਗਿਆ ਹੈ ਕਿ ਖੇਤਰ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ 11 ਜੂਨ ਤੋਂ ਫਸਲ ਪੱਕਣ ਤੱਕ ਨਹਿਰੀ ਪਾਣੀ ਅਤੇ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਖੇਤਰ ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਫਤਿਹਗੜ੍ਹ ਸਾਹਿਬ, SAS ਨਗਰ, ਮੋਹਾਲੀ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਕਿਸਾਨਾਂ ਨੂੰ 15 ਜੂਨ ਤੋਂ ਫਸਲ ਪੱਕਣ ਤੱਕ ਨਹਿਰੀ ਪਾਣੀ ਟਿਊਬਵੈੱਲਾਂ ਰਾਹੀਂ ਅਤੇ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ IAS ਪਰਮਪਾਲ ਕੌਰ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਹੈ, ਪਰ ਉਸਨੂੰ VRS ਨਹੀਂ ਦਿੱਤਾ ਜਾਵੇਗਾ, ਸਗੋਂ ਅਸਤੀਫੇ ਵਜੋਂ ਉਸਦੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ। ਇਸ ਦੌਰਾਨ ਪਰਮਪਾਲ ਕੌਰ ਹੁਣ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਉਮੀਦਵਾਰ ਵਜੋਂ
ਨਾਮਜ਼ਦਗੀ ਦਾਖਲ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਹੁਣ ਪਰਮਪਾਲ ਕੌਰ ਨੂੰ VRS ਨਾਲ ਸੰਬੰਧਿਤ ਲਾਭ ਨਹੀਂ ਦੇਵੇਗੀ। ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਰਮਪਾਲ ਕੌਰ ਦਾ ਕਹਿਣਾ ਹੈ ਕਿ ਉਸਦਾ ਕੰਮ ਅਰਜੀ ਮੂਵ ਕਰਨਾ ਸੀ, ਇਸ ਬਾਰੇ ਫੈਸਲਾ ਲੈਣਾ ਸਰਕਾਰ ਦਾ ਕੰਮ ਹੈ। ਇਹ ਸਪਸ਼ਟ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਭਾਜਪਾ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ। ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਪਹਿਲਾਂ ਸਰਕਾਰ ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ ਉਹ ਕਰ ਸਕਦੀ ਹੈ। ਮੈਂ ਨਾਮਜ਼ਦਗੀ ਪੱਤਰ ਵੀ ਭਰਾਂਗੀ ਅਤੇ ਚੋਣਾਂ ਵੀ ਲੜਾਂਗੀ। ਹੁਣ ਮੈਂ ਰਿਟਾਇਰਡ ਹੋ ਚੁੱਕੀ ਹਾਂ ਅਤੇ ਰਿਟਾਇਰਡ ਅਫਸਰ ਸਰਕਾਰ ਦਾ ਗੁਲਾਮ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਹ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੋਂ ਕਿਨਾਰਾ ਕਰਕੇ ਪੰਜਾਬ 'ਚ ਵੱਖਰੀ ਸਰਕਾਰ ਬਣਾਉਣਗੇ ਅਤੇ ਇਹ ਸਭ ਉਸੇ ਤਰੀਕੇ ਹੋਵੇਗਾ ਜਿਵੇਂ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਨੇ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਸੁਨਾਮ ਅਤੇ ਧੂਰੀ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਨੇ ਕਿਹਾ ਕਿ ਇਹਨਾਂ ਵਿਸ਼ਾਲ ਰੈਲੀਆਂ ਨੇ ਤੈਅ ਕਰ ਦਿੱਤਾ ਹੈ ਕਿ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੀ ਜਿੱਤ ਹੋਵੇਗੀ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ ਨਾਲ ਸਮਝੌਤਾ ਇਸ ਕਰਕੇ ਕੀਤਾ ਹੈ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਨੂੰ ਉਹਨਾਂ ਦੇ ਆਕਾਰ ਅਰਵਿੰਦ ਕੇਜਰੀਵਾਲ ਵਾਂਗੂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਦਿੱਲੀ ਸ਼ਰਾਬ ਘੁਟਾਲੇ ਦੀ ਤਰਜ਼ 'ਤੇ ਪੰਜਾਬ 'ਚ ਸ਼ਰਾਬ ਘੁਟਾਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਦੀ ਬਦੌਲਤ ਉਹਨਾਂ ਦੀ ਗ੍ਰਿਫਤਾਰੀ ਰੁਕ ਜਾਵੇਗੀ। ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪ ਉਮੀਦਵਾਰ ਮੀਤ ਹੇਅਰ 'ਤੇ ਵੱਡੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਕਿਹਾ ਕਿ ਮੀਤ ਹੇਅਰ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਨ ਦੀ ਗੱਲ ਕਹਿ ਰਹੇ ਹਨ ਪਰ ਪਿਛਲੇ 2 ਸਾਲਾਂ ਦੌਰਾਨ ਮੰਤਰੀ ਹੁੰਦਿਆਂ ਉਹਨਾਂ ਨੇ ਪੰਜਾਬ ਦੇ ਕਿਸੇ ਵੀ ਮੁੱਦੇ ਉੱਪਰ ਆਵਾਜ਼ ਨਹੀਂ ਉਠਾਈ। ਮੀਤ ਹੇਅਰ ਨੇ ਸਿੱਧੂ ਮੂਸੇਵਾਲ ਦਾ ਕਤਲ, ਬੰਦੀ ਸਿੰਘਾਂ ਦੀ ਰਿਹਾਈ, ਹਰਿਆਣਾ ਬਾਰਡਰ ਉੱਪਰ ਕਿਸਾਨਾਂ ਦੀ ਕੁੱਟਮਾਰ ਅਤੇ ਸ਼ੂਕਰਨ ਦੇ ਕਤਲ, ਗੁੱਜਰਾਂ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਬਾਰੇ ਕੁਝ ਨਹੀਂ ਕਿਹਾ। ਦੇਰ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਸ਼ੁੱਕਰਵਾਰ ਨੂੰ ਦਿਨ ਭਰ ਮੌਸਮ ਸਾਫ ਰਿਹਾ ਪਰ ਸ਼ਾਮ ਤੱਕ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਮੌਸਮ ਵਿਗਿਆਨ ਕੇਂਦਰ ਮੁਤਾਬਿਕ ਅੱਜ ਤੋਂ ਮੌਸਮ ਸਾਫ ਹੋ ਜਾਵੇਗਾ। ਇਸ ਤੋਂ ਪਹਿਲਾਂ 12 ਅਤੇ 13 ਮਈ ਨੂੰ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ 28.9 ਡਿਗਰੀ ਦਰਜ ਕੀਤਾ ਗਿਆ ਹੈ। ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇਣ, ਜਿਹੜਾ ਘੁਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ। ਮਜੀਠੀਆ ਨੂੰ ਕਹਿੰਦਾ ਹਿਸਾਬ ਦਾ ਮਜੀਠੀਆ ਕੀ ਆ? ਮਜੀਠੀਆ ਕੀ MLA MP ਆ ਕੇ ਅਕਾਲੀ ਦੇ ਪਾਰਟੀ ਦਾ ਲੀਡਰ ਆ? ਕਹਿੰਦਾ ਹਿਸਾਬ ਦੇ ਉਹਨੂੰ ਏਦਾਂ ਦਾ ਸੜਕ ਸ਼ੌਪ ਕੀ 20 ਤੋਂ ਫਿਰਦੇ ਆ? ਕਹਿੰਦਾ ਹਿਸਾਬ ਦੇ ਜੀ ਉਹਨੂੰ ਵੇਖੋ, ਅਸੀਂ ਓਦਾਂ ਦੀ ਸ਼ਬਦਾਵਲੀ ਦੀ ਯੂਜ ਕਰਨੀ ਚਾਹੁੰਦੇ। ਸਾਡੇ ਮਾਂ ਬਾਪ ਦੇ ਸਾਡਾ ਮੇਰੀ ਮਾਂ 5 ਜਮਾਤਾਂ ਪੜ੍ਹੀ ਪਿਛਲੇ ਜਮਾਨੇ, ਬਾਪ ਮੇਰਾ ਫੌਜ ਤੋਂ ਰਿਟਾਇਰ ਹੋ ਕੇ ਆਇਆ ਸੀਗਾ। ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਨਹੀਂ ਬੋਲਣਾ। ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ, ਕਿਹਦੀ ਪੁੱਤ ਕਿਹਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਣਾ, ਗੰਦਾ ਸ਼ਬਦ ਨਹੀਂ ਬੋਲਣਾ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ। ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਅਕਾਲੀ ਦਲ ਵਾਲਾ ਸਾਰਾ ਅਕਾਲੀ ਦਲ ਖੇੜਾ ਛੱਡ ਗਿਆ ਉਹਨਾਂ ਦਾ, ਸਾਰਾ ਭਰੋਸਾ ਰਹਿ ਗਿਆ। ਹੁਣ ਸਾਰਾ ਭਰੋਸਾ ਰਹਿ ਗਿਆ, ਬਾਕੀ ਕੋਈ ਪਾਰਟੀ 'ਚ ਹੈ? ਵੱਡੇ ਵੱਡੇ ਲੀਡਰ, ਵੱਡੇ ਵੱਡੇ ਜਿੰਨੇ ਬੰਦੇ ਸੀਗੇ, ਜਿਹੜੇ ਬੰਦੇ ਵਿਚਾਰੇ ਜੇਲ੍ਹਾਂ 'ਚ ਧੱਕੇ ਖਾਂਦੇ ਰਹੇ, ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ, ਘਰ ਦੀਆਂ ਗੱਡੀਆਂ ਦੇ ਗੰਡਾ ਸੌ ਡਰਾਈਵਰ ਹੋ ਗਏ। ਹੁਣ ਸਮਝਦੇ ਕਿਹਦੀ ਗੱਲ, ਪ੍ਰਾਈਵੇਟ ਲਿਮਿਟਡ ਹੈਗੀ ਆ,
ਉਹ ਸੀਗੇ ਉਹ ਬਣ ਗਈ ਬਸ ਇੰਨਾ ਕੰਮ। ਅਜੇ ਫਿਊਚਰ ਵੇਖਦੇ ਤੁਸੀਂ? ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ, ਸਵਾਦ ਲੈਂਦਿਆਂ ਤੂੰ ਸੀਰੀਅਸ ਹੋ ਗਿਆ। ਮੈਂ ਕਹਿੰਦਾ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹੁੰਦਾ ਕਿ 4 ਤਰੀਕ ਵਾਸਤੇ ਘਰੋਂ ਕਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖਿਲਾਰੇ ਆ, ਬਾਅਦ 'ਚ ਤੁਹਾਡੇ ਲੱਡੂ ਮੁੱਕ ਜਾਣੇ ਜੇ, ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਗਰਕ ਹੁੰਦਾ ਨਾ, ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾਹ ਮਨਾਉਂਦੇ ਹੋ, ਅਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ। ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ, ਸਾਰੀ ਸਹੂਲਤਾਂ ਲੋਕਾਂ ਦੀ ਬੰਦ ਕਰਤੀਆਂ ਨੇ, ਵਿਕਾਸ ਦੀ ਇੱਕ ਇੱਟ ਪੰਜਾਬ 'ਚ ਕਿਤੇ ਨਹੀਂ ਲੱਗੀ। ਗੈਂਗਸਟਰ ਲੁੱਟਾਂ ਖੋਹਾਂ ਤੇ ਫਿਰੌਤੀਆਂ ਦਾ ਰਾਜ ਹੈ, ਨਸ਼ੇ ਵੇਚ ਕੇ ਭਗਵੰਤ ਮਾਨ ਦੇ ਬੰਦੇ ਤੇ ਉਹਨਾਂ ਦੀ ਪ੍ਰਸ਼ਾਸਨ ਮੋਟੇ ਨੋਟ ਕਵਾ ਰਹੀ ਹੈ ਪੰਜਾਬ ਦੀ ਜਵਾਨੀ ਖਤਮ ਕਰਕੇ, ਤੇ ਝੂਠਾ ਪ੍ਰਚਾਰ ਕਰਕੇ 40,000 ਨੌਕਰੀਆਂ ਤਾਂ ਦੱਸਦਾ ਨਹੀਂ ਵੀ ਕਿਹੜੇ ਪਿੰਡ 'ਚ ਕਿਹਨੂੰ ਮਿਲੀ ਹੈ। ਪਿੰਡ 'ਚ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਜਦੋਂ ਨੌਕਰੀਆਂ ਦੀ ਗੱਲ ਤੁਹਾਡੇ ਕੋਲ ਜਦਾਂਗੇ ਵੋਟਾਂ ਵਾਸਤੇ, ਪਹਿਲੇ ਪੁੱਛੋ ਸਾਡੇ ਪਿੰਡ 'ਚ ਕਿਹੜੀ ਨੌਕਰੀ ਮਿਲੀ ਉਹਦੀ ਗੱਲ ਕਰ, ਇੱਥੇ ਉੱਥੇ ਦੀ ਗੱਲਾਂ ਕੋਈ ਹਰਿਆਣੇ ਨੂੰ ਕੋਈ ਰਾਜਸਥਾਨ ਨੂੰ। ਇਹਨਾਂ ਤੋਂ ਪੁੱਛੋ ਬੀਬੀਆਂ ਦੇ 1,000 ਰੁਪਏ ਕਿੱਥੇ ਨੇ, ਇੰਨਾ ਕਰਜ਼ਾ ਚੜ੍ਹਦਾ ਬੀਬੀਆਂ ਦੇ 26,000 ਖੜੇ ਨੇ, ਉਹ ਬਕਾਇਆ ਨਹੀਂ ਦਿੱਤਾ। ਵਿਕਾਸ ਦੇ ਅੱਜ ਸੰਗਤ ਮੰਡੀ 'ਚ ਖੜਿਆ ਸੀਵਰ ਤੋਂ ਇੰਨੇ ਦੁਖੀ ਨੇ ਲੋਕੀ ਕਿ ਘਰੇ ਰਹਿਣਾ ਔਖਾ ਹੋ ਰਿਹਾ ਹੈ, ਲੇਕਿਨ ਦਵਾਨੀ ਸੀਵਰ ਦਾ ਕੰਮ ਠੀਕ ਕਰਨ 'ਚ ਦਵਾਨੀ ਨਹੀਂ ਲਾਈ। ਵੱਡੇ ਇਸ਼ਤਿਹਾਰ ਭ੍ਰਿਸ਼ਟਾਚਾਰ ਖਤਮ, ਦੱਸੋ ਫਿਰ ਬਠਿੰਡਾ ਰੂਰਲ ਦਾ ਭ੍ਰਿਸ਼ਟਾਚਾਰ, ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ, ਅੱਜ ਤੁਹਾਡੇ ਸਟਾਰ ਕੈਂਪੇਨਰ ਬਣੇ ਹੋਏ ਨੇ, ਭ੍ਰਿਸ਼ਟ ਬੰਦੇ ਜਿਹੜੇ ਜੇਲ੍ਹ ਕੱਟ ਕੇ ਆਏ ਨੇ, ਜਿਨ੍ਹਾਂ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ 'ਚ ਭਾਵੇਂ ਮਾਨਸੇ ਦਾ MLO ਹੈ, ਭਾਵੇਂ ਬਠਿੰਡਾ ਰੂਰਲ ਦਾ, ਅੱਜ ਉਹਨਾਂ ਨੂੰ ਸਟਾਰ ਕੈਂਪੇਨਰ ਬਣਾਤਾ। ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦੇਵਾਂਗੇ, ਤਾਂ ਮੰਤਰੀ ਤੇ MLA ਤੋਂ ਥੱਲੇ ਇਹਨਾਂ ਨੂੰ ਆਮ ਬੰਦਾ ਹੀ ਨਹੀਂ ਕੋਈ ਦੇਖਦਾ। ਸੋ ਹਰ ਪੱਖੋਂ ਕੱਲਾ ਝੂਠ ਦੀ ਰਾਜਨੀਤੀ ਪੰਜੇ ਨੇ ਕੀਤੀ, ਝੂਠ ਦੀ ਰਾਜਨੀਤੀ ਆਮ ਆਦਮੀ ਪਾਰਟੀ। ਜਿਸ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸ ਨੇ ਲਾਈ ਸੀ, ਅੱਜ ਉਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਹੀ ਤੇ ਗੱਠਜੋੜ ਕਰ ਰਹੀ। ਸੋ ਇਹ ਦੋਨੋਂ ਪਾਰਟੀਆਂ ਝੂਠ ਫਰੇਬ ਲਾਰੇ ਲੱਪੇ, ਬਸ ਆਹੀ ਇਹਨਾਂ ਦੇ ਪੱਲੇ। ਸੇਵਾ ਸੱਚੀ ਸੁੱਚੀ ਤੇ ਕਿਤੀ ਹੈ ਤਿਕੜੀ ਨੇ ਕੀਤੀ ਹੈ, ਜਿਨ੍ਹਾਂ ਨੇ ਏਮਸ ਵਰਗੇ ਹਸਪਤਾਲ ਹੋਣ, ਰਿਫਾਇਨਰੀਆਂ ਹੋਣ, ਆ ਪੁਲ ਹੋਣ, ਆ ਸੜਕਾਂ ਹੋਣ, ਵਾਟਰ ਵਰਕਸ ਹੋਏ, ਗ੍ਰਿਡ ਹੋਏ, ਸਹੂਲਤਾਂ ਹੋਣ, ਯੂਨੀਵਰਸਿਟੀਆਂ ਹੋਣ, ਇਹ ਸਾਰੇ ਕੰਮ ਜੇ ਪੰਜਾਬ 'ਚ ਹੋਏ ਨੇ, ਭਾਵੇਂ ਗਰੀਬ ਦੇ, ਭਾਵੇਂ ਕਿਸਾਨ ਦੇ, ਭਾਵੇਂ ਵਪਾਰੀਆਂ ਦੇ, ਭਾਵੇਂ ਨੌਜਵਾਨ ਦੇ। ਨੌਕਰੀਆਂ ਸਭ ਤੋਂ ਵੱਧ ਅਕਾਲੀ ਦਲ ਦੇ ਸਮੇਂ ਲੱਗੇ। ਸੋ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਦਿੱਲੀ ਵਾਲਿਆਂ ਨੂੰ, ਇਹਨਾਂ ਨੂੰ ਤੁਸੀਂ ਜਿਵੇਂ ਇਹਨਾਂ ਨੇ ਸਾਡੇ ਕਿਸਾਨਾਂ ਦੇ ਬਾਰਡਰ ਸੀਲ ਕੀਤੇ, ਅੱਜ ਇਹ ਦਿੱਲੀ ਦੀ ਕਤਪੁਤਲੀਆਂ ਨੂੰ ਦਿੱਲੀ ਤਾਂ ਹੀ ਸੀਮਿਤ ਰੱਖ ਦਿਓ, ਦਿੱਲੀ ਦੀ ਗੁਲਾਮੀ ਪੰਜਾਬ ਨੂੰ ਨਹੀਂ ਚਾਹੀਦੀ। ਪੰਜਾਬ ਦੀ ਜਿੱਤ ਹੋਏ 13 ਦੀ 13 ਸੀਟਾਂ 22 ਸੀਟਾਂ ਲੋਕਾਂ ਕੋ ਪਤਾ ਲੱਗ ਜਾਏਗਾ ਕਿ ਭ੍ਰਿਸ਼ਟਾਚਾਰ ਕੀ ਮੂਰਤੀ ਅੱਜ ਸਾਹਮਣੇ ਆ ਕੇ ਜਦ ਵੋਟ ਮੰਗੇਗੀ, ਤਾਂ ਲੋਕਾਂ ਕੋ ਪਤਾ ਹੋਏਗਾ ਕਿ ਇਹ ਸਾਰੀ ਭ੍ਰਿਸ਼ਟ ਕਾਂਗਰਸ ਔਰ ਭ੍ਰਿਸ਼ਟ ਝਾੜੂ ਜਬ ਇਕੱਠੀ ਹੋ ਗਈ ਹੈ। ਤੋ ਇਨ ਦੋਨੋਂ ਕੋ ਨਕਾਰ ਕੇ ਮੈਂ ਲੋਕਾਂ ਕੋ ਕਹਿਤੀ ਹੂੰ ਆਪਣੀ ਖੇਤਰੀ ਪਾਰਟੀ ਕੋ ਆਪ ਮਜ਼ਬੂਤ ਕਰੀਏ, ਕਿਉਂਕਿ ਆਪਕੀ ਖੇਤਰੀ ਪਾਰਟੀ ਹੀ ਆਪਕੇ ਰਕਸ਼ਾ ਕਰ ਸਕਦੀ ਹੈ, ਆਪਕੇ ਉਮੀਦੋਂ ਮੇਂ ਆਪਕੀ ਜ਼ਰੂਰਤੋਂ ਕੇ ਬਾਰੇ ਮੇਂ ਜਿਤਨੀ ਖੇਤਰੀ ਪਾਰਟੀ ਜਾਣਤੀ, ਦੂਸਰੀ ਪਾਰਟੀ ਸੈਂਟਰਲ ਪਾਰਟੀ ਸੋ ਸੈਂਟਰਲ ਏਜੰਡਾ ਚਲਾਤੀ ਹੈ, ਇਨਕੋ ਇੱਕ ਇੱਕ ਖੇਤਰ ਕੇ ਬਾਰੇ ਮੇਂ ਨਹੀਂ ਪਤਾ। ਜੈਸੇ ਦਿੱਲੀ ਬੈਠੇ ਭਾਵੇਂ ਰਾਹੁਲ ਗਾਂਧੀ ਹੋਏ, ਮੋਦੀ ਹੋਏ, ਕੇਜਰੀਵਾਲ ਹੋਏ, ਉਸਕੋ ਸੰਗਤ ਮੰਡੀ ਕਾ ਸੂਰ ਕਾ ਕਿਆ ਹਾਲ ਹੈ ਉਸਕੋ ਪਤਾ ਹੈ, ਲੇਕਿਨ ਪੰਜਾਬੀਓ ਸੇ ਪੁੱਛੋ, ਹਮਾਰੇ ਲੋਕੋਂ ਸੇ ਪੁੱਛੋ, ਇੱਕ ਇੱਕ ਚੀਜ਼ ਫਿੰਗਰ ਟਿਪਸ ਪੇ ਹਮਕੋ ਪਤਾ ਹੈ ਕਿ ਪੰਜਾਬ ਪੇ ਕਿਸ ਕੋਨੇ ਮੇਂ ਕਿਸ ਚੀਜ਼ ਕੀ ਜ਼ਰੂਰਤ ਹੈ। ਦੇਖੋ ਜੋ ਮੁੱਖ ਮੰਤਰੀ ਪਾਰਲੀਮੈਂਟ ਮੇਂ ਨਸ਼ੇ ਕਰਕੇ ਆਤਾ ਥਾ, ਅੱਜ ਕਿਆ ਖਾਤਾ ਹੈ ਕਿਆ ਪੀਤਾ ਸਾਰਾ ਪੰਜਾਬ ਜਾਣਤਾ ਹੈ, ਇਸੀ ਲਈ ਤਾਂ ਨਸ਼ੇ ਸਿਖਰੋਂ ਤੱਕ ਪਹੁੰਚੇ ਹੋਏ ਹੈ।
और इतने भी उनको अकल नहीं है कि जूठा पानी मुंह में डाल के फिर वो गुरु साहब की दी हुई दस्तार के ऊपर अपना जूठा पानी उधर भी डाले। ये तो इस मुख्यमंत्री की अकल है, तभी तो पंजाब का ये हाल हुआ ਵਕਾਲਤ ਵੀ ਕਰਦੇ ਰਹੇ ਦੋ ਤਿੰਨ ਮਹੀਨੇ ਉਹ ਗੁੱਸੇ ਵੀ ਲੋਕਾਂ ਵਿਚ ਹੋਇਆ ਕਰਦੇ ਮੁਕਾਬਲਾ ਕੀ ਇਹਨਾਂ ਸਮਝਦੇ ਮੈਨੂੰ ਬਹੁਤ ਵਾਰੀ ਇਹ ਸਵਾਲ ਆਉਂਦਾ ਮੈਂ ਹਰ ਇੱਕ ਨੂੰ ਇਹ ਜਵਾਬ ਦਿੰਦਾ ਹੁੰਦਾ ਜੋ ਵੀ ਇਲੈਕਸ਼ਨ ਲੜਦਾ ਉਹ ਆਪਦੀ ਉਮੀਦ ਲੈ ਕੇ ਆਉਂਦਾ ਅਤੇ ਉਹਨੇ ਆਪਦੀ ਗੱਲਬਾਤ ਲੋਕਾਂ ਦੇ ਅੱਗੇ ਰੱਖਣੀ ਹੁੰਦੀ ਹੈ ਜਿਹੜਾ ਫੈਸਲਾ ਲੋਕਾਂ ਨੇ ਕਰ ਦੇਣਾ ਚਾਰ ਤਰੀਕ ਨੂੰ ਆਪੇ ਮੁਕਾਬਲੇ ਦਾ ਤੁਹਾਡੇ ਸਾਹਮਣੇ ਆਜੂਗੀ ਕਿਹੜਾ ਕਿੰਨੇ ਨੰਬਰ ਤੇ ਕਿਹੜਾ ਕਿੰਨੇ ਨਹੀਂ ਮਤਲਬ ਜਿੱਤ ਪ੍ਰਤੀ ਤੁਸੀਂ ਆਸਵੰਦ ਹੈਗੇ ਹੋ ਪਰ ਮੁਕਾਬਲਾ ਕਿਹਦੇ ਨਾਲ ਸਾਹਮਣੇ ਦੇਖੋ ਜੀ ਹੁਣ ਤਾਂ ਉਹਨਾਂ ਦੋਨਾਂ ਦਾ ਆਪ ਵੀ ਹੈ ਪਹਿਲੇ ਦੂਜੇ ਨੰਬਰ ਤੇ ਆਉਣ ਦਾ ਅਕਾਲੀ ਦਲ ਵਾਲਿਆਂ ਦਾ ਤੇ ਕਾਂਗਰਸ ਵਾਲਿਆਂ ਦਾ ਵੇਖੋ ਕੀ ਬਣਦਾ। ਅੱਛਾ ਕੁੜੀਆਂ ਸਾਹਿਬ ਇੱਕ ਕਿਸਾਨ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਜਵਾਬ ਕਰ ਰਿਹਾ ਤੁਹਾਡਾ ਕਿਵੇਂ ਦੇਖਦੇ ਉਹਨਾਂ ਨੂੰ? ਮੈਂ ਜਿੱਥੇ ਮੈਨੂੰ ਮਿਲਦੇ ਆ ਮੈਨੂੰ ਠੀਕ ਹੈ, ਕਈ ਵਾਰੀ ਪਹਿਲਾਂ ਲੱਗਦਾ ਹੁੰਦਾ ਵੀ ਆਏ ਆ ਤੋਂ ਪਤਾ ਨੀ ਕੀ ਹੈ, ਚੰਗੇ ਮਾਹੌਲ ਚ ਗੱਲਬਾਤ ਹੁੰਦੀ ਰਹੀ ਹੈ। ਮੈਂ ਹਰ ਇੱਕ ਗੱਲ ਨੂੰ ਉਹਨਾਂ ਨਾਲ ਸਹਿਮਤ ਹੋਇਆ ਵੀ ਆਪਾਂ ਆਏ ਆ ਤਾਂ ਇਸ ਤਰ੍ਹਾਂ ਦੇ ਦਿੱਤੇ। ਕਿਸ ਤਰ੍ਹਾਂ ਦੇ ਮੁੱਦੇ ਚ ਸਵਾਲ ਕਰਦੇ ਆ, ਕਿਸ ਤਰ੍ਹਾਂ ਦੇ ਮੁੱਦਿਆਂ ਦੀ ਗੱਲ ਕਰਦੇ ਆ? ਮੁੱਦੇ ਜੀ ਮਤਲਬ ਜਿਵੇਂ ਲੜੇਮਾਰ ਹੋਈ ਸੀ ਉਹਦਾ ਨਾ, ਕਈ ਵਾਰੀ ਅਸੀਂ ਸਾਰੇ ਜਾਣਦੇ ਸੀ ਸੰਵਿਧਾਨ ਦੇ ਥੱਲੇ ਕੰਮ ਕਰਦੇ ਉਹਨੂੰ, ਮੈਂ ਬਾਈ ਜੀ ਜ਼ਰੂਰ ਮਿਲੂਗਾ। ਉਹ ਕਈ ਵਾਰੀ ਇੰਨੇ ਦਿਨਾਂ ਚ ਨਹੀਂ ਮਿਲਦਾ, ਪਹਿਲਾਂ ਚਾਰ ਚਾਰ ਸਾਲ ਨਹੀਂ ਮਿਲਦੀ ਹੁੰਦੀ ਸੀ ਮੁਆਵਜ਼ਾ ਵਗੈਰਾ ਦੀ ਜਿਹੜੀ ਰਾਸ਼ੀ, ਤਾਂ ਅਸੀਂ ਤਿੰਨ ਚਾਰ ਮਹੀਨੇ ਚ ਮਿਲ ਦਿੰਦੇ ਹਾਂ। ਇਹ ਵੀ ਉਦੋਂ ਇਲੈਕਸ਼ਨ ਕੋਲ ਆ ਗਿਆ, ਦਿਨ ਸਰਕਾਰ ਆਪਣੇ ਘਰ ਕੰਮਾਂ ਚ ਉਲਝੀ ਹੁੰਦੀ ਹੈ, ਤਾਂ ਜਿਹੜਾ ਰਹਿ ਗਿਆ ਉਹ ਜ਼ਰੂਰ ਦਬਾਵਾਂਗੇ। ਇਹੋ ਜਿਹੀ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਚ ਲੋਕ ਇਤਰਾਜ਼ ਕਰ ਰਹੇ ਨੇ, ਬੀਬੀ ਜਗੀਰ ਕੌਰ ਦੀ। ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ, ਮੇਰੀ ਮਾਂ ਦੇ ਬਰਾਬਰ ਹੈ। ਤੁਸੀਂ ਮੈਨੂੰ ਮੈਂ ਦੇਖਿਆ, ਮੈਂ ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਝੁੱਕ ਕੇ ਮਿਲਿਆ ਕੱਲ੍ਹ ਦੇਖਿਆ ਨਾ, ਅਸੀਂ ਤੁਹਾਡੇ ਦੇ ਹੱਥਲੇ ਹੱਥ ਆਪਣੇ ਬਜ਼ੁਰਗਾਂ ਦੇ ਔਰ ਆਪਣੀ ਬੜੀ ਭੈਣ ਆ ਮਾਂ ਦੇ ਲਗਾਏ ਹੈ, ਅਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ। ਉਹ ਮੇਰੀ ਅੱਜ ਦੀ ਨਹੀਂ ਹੈ, ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾਂ ਵਾਲਾ ਰਿਸ਼ਤਾ। ਅੱਛਾ ਕੱਲ੍ਹ ਨਾਮਜ਼ਦਗੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਪੂਰੀ ਰਾਤ ਭਾਜਪਾ ਦੇ ਦਫ਼ਤਰ 'ਚ ਕੱਢਣੀ ਪਈ ਹੈ, ਇਸ ਨੂੰ ਐਪੀਸੋਡ ਨੂੰ ਕਿੱਦਾਂ? ਮੈਂ ਨਹੀਂ ਦੇਖਿਆ, ਉਹ ਉੱਥੇ ਦੀ ਗੱਲ ਉੱਥੇ ਦੀ। ਆਪਾਂ ਜਲੰਧਰ ਵਿੱਚ ਕੰਸਨਟਰੇਟ ਕਰ ਰਹੇ ਕਿ ਅਸੀਂ ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ, ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ। ਨਸ਼ਾ ਕਿਸੇ ਦੇ ਘਰ 'ਤੇ ਫੜਿਆ ਗਿਆ, ਭੱਜ ਗਿਆ ਸ਼ੀਤਲ ਉਂਗਰਾਲ, ਅਤੇ ਉਹਨੇ ਜਾ ਕੇ ਜ਼ਮਾਨਤ ਲਈ ਹੈ, ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ? ਕਿਉਂਕਿ ਅਸਲ ਦੇ ਵਿੱਚ ਕਿੰਗ ਪਿੰਨ ਉਹ ਹੈ, ਕਿੰਗ ਪਿੰਨ ਰਿੰਕੂ ਹੈ, ਇਹ ਪਿਛਲੇ 2 ਸਾਲ ਕਰਦੇ ਰਹੇ ਹੈ। ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ, ਇਹ ਸਰਕਾਰ ਤੋਂ ਉਲਟ ਹੋ ਗਏ। ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਸ਼ਹਿ ਸੀਗੀ, ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ, ਇਹਨਾਂ ਨੂੰ ਸ਼ਹਿ ਦੇ ਨਾਲ ਇੱਥੇ ਨਸ਼ਾ ਦੜਾ ਸੱਟਾ ਲਾਟਰੀ ਸਿਸਟਮ ਚਲਾ ਰਹੀ ਸੀ, ਉਹ ਜਦ ਹੁਣ ਇਹ ਸਰਕਾਰ 'ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੇ ਸੀ। ਹੁਣ ਜਦ ਨਸ਼ਾ ਫੜ ਹੋਇਆ, ਬੜੀ ਖੇਪ ਫੜ ਹੋਈ ਹੈ, ਕਰੋੜਾਂ ਦਾ ਨਸ਼ਾ ਫੜ ਹੋਇਆ, ਨਸ਼ਾ ਕਿਸੇ ਦੇ ਘਰ 'ਤੇ ਫੜਿਆ ਗਿਆ, ਭੱਜ ਗਿਆ ਸ਼ੀਤਲ ਉਗਰਾਲ MLA, ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ, ਇਹੀ ਕੰਮ ਕਰਾਉਂਦੇ ਹੈ, ਅਤੇ ਅੱਜ ਕੱਲ੍ਹ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ MLA ਹੈ ਉਹ ਉਸਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਹੈ।
ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ। ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ, ਮੈਂ ਇੱਥੇ ਗੜਾ ਸੱਟਾ ਨਹੀਂ ਚੱਲਣ ਦੇਣਾ, ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ, ਮੈਂ ਫੜੀਆਂ ਥ੍ਰੀ ਵੀਲਰ ਔਰ ਰੇਹੜੀ ਵਾਲਿਆਂ ਤੋਂ ਪੈਸੇ ਨਹੀਂ ਲੈਣ ਦੇਣੇ, ਮੈਂ ਫਰੋਤੀਆਂ ਨਹੀਂ ਲੈਣ ਦੇਣੀਆਂ, ਜਿਹੜੀਆਂ ਚੈਨ ਸਨੈਚਿੰਗ ਜਿਹੜੀਆਂ ਮੂਰਤੀਆਂ ਖੋ ਰਹੀ ਆ, ਮੈਂ ਇਹ ਨਹੀਂ ਹੋਣ ਦੇਣਾ ਕੰਮ, ਮੈਂ ਇਹ ਲੜਾਈ ਲੜਨੀ। ਮਗਰ ਸੁਸ਼ੀਲ ਕੁਮਾਰ ਰਿੰਕੂ, ਮਗਰ ਸੁਸ਼ੀਲ ਕੁਮਾਰ ਰਿੰਕੂ ਇਹ ਕਹਿ ਰਹੇ ਕਿ ਅਗਰ ਚਰਨਜੀਤ ਚੰਨੀ ਜੀ ਕੋ ਪ੍ਰੂਫ ਹੈਗੇ ਤੇ ਮੈਂ ਤੇ ਐਫ ਆਈ ਆਰ ਲਾਂਚ ਕਰਵਾ ਦਾਂ, ਮੈਂ ਨਸ਼ੇ ਦਾ ਕੰਮ ਕਰ ਰਿਹਾ। ਫਿਰ ਜੀ ਐਫ ਆਈ ਆਰ ਹੀ ਤਾਂ ਹੋ ਗਈ, ਤਾਂ ਹੀ ਤਾਂ ਸ਼ੀਤ ਰੁਗਰਾਜ ਭੱਜਿਆ ਉਹ ਕੋਰਟ ਵਿੱਚ ਘੁੰਮ ਰਿਹਾ, ਤਾਂ ਫਿਰ ਇਹ ਕੌਣ ਹੈ? ਇਹਨਾਂ ਦੀ ਸ਼ਹਿਰ ਹੀ ਇੱਥੇ ਹੋਇਆ ਲੀਡਰਾਂ ਤੋਂ ਬਿਨਾਂ। ਕਹਿੰਦੇ ਸਰਕਾਰਾਂ ਹੀ ਚਲਾਉਂ ਬਕਾਉਂਦੀਆਂ ਨੇ ਚਿੱਟਾ, ਐਵੇਂ ਨਹੀਂ ਸ਼ਰਿਆਮ ਵਿਕਦਾ। ਫੇਰ ਕਰ ਲਾਂਗੇ ਉਹ ਵੀਰ ਜੀ, ਆਪਾਂ ਮਿਲਦੇ ਹੀ ਰਹਿੰਦੇ ਆ, ਇਹ ਕਿਹੜੇ ਕੁੰਭ ਦਾ ਮੇਲਾ, ਫੇਰ ਆ ਜਾਣਾ, ਫੇਰ ਆਪਾਂ ਬੈਠ ਜਾਂਗੇ ਫੇਰ।